ਪੇਂਡੂ ਪਾਸ ਦਾ ਮੇਰਾ ਖਿਆਲ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ। ਬੜਾ ਚੀਜ਼ਾਂ ਅਕਾਲੀ ਦਲ ਦੀ ਸਰਕਾਰ ਵੇਲੇ ਪਾਸ ਹੋਈਆਂ। ਇੱਕ ਨਾਲ ਸਟੇਡੀਅਮ ਵੀ ਹੈ ਕਾਂਗੜ ਸਾਹਿਬ, ਇੱਥੇ ਦੇਖ ਲਿਓ ਮਾੜਾ ਜਿਹਾ ਸਟੇਡੀਅਮ, ਉੱਤੇ ਸਟੇਜ ਤਾਂ ਬਣਾਤਾ ਤੇ ਸਾਰਾ ਕੱਚਾ ਹੈ ਤੇ ਸਾਹਮਣੇ ਵਾਹਣ ਪਏ ਆ ਤੇ ਕਣਕ ਹੈ, ਆਸੇ ਪਾਸੇ ਚਾਰ ਦੀਵਾਰੀ ਵੀ ਹੈ, ਤਾਰਾਂ ਲੱਗੀਆਂ। ਸੋ ਇਵੇਂ ਉਹਨਾਂ ਨੇ ਹਰ ਕੰਮ ਦੀ ਸ਼ੁਰੂਆਤ ਜਲਦੀ ਜਲਦੀ ਕਰਕੇ ਨੀਂਹ ਪੱਥਰ ਉੱਥੇ ਰੱਖਤਾ, ਨੀਂਹ ਪੱਥਰ ਉੱਥੇ ਰੱਖਤਾ, ਨੀਂਹ ਪੱਥਰ ਉੱਥੇ ਰੱਖਤਾ, ਛੇਤੀ ਛੇਤੀ ਬਹੁਤ ਸ਼ੁਰੂਆਤਾਂ ਕਰਕੇ, ਲੇਕਿਨ ਕੰਮ ਨੂੰ ਸਿਰੇ ਨਹੀਂ ਚੜਾਇਆ। ਸੋ ਮੈਂ ਮੰਤਰੀ ਸਾਹਿਬ ਦਾ, ਮੁੱਖ ਮੰਤਰੀ ਸਾਹਿਬ ਦਾ, ਚੇਅਰਮੈਨ ਸਾਹਿਬ ਦਾ ਧੰਨਵਾਦੀ ਹਾਂ ਕਿ ਅੱਜ ਸਾਡਾ ਜਿਹੜਾ ਗ੍ਰਿਡ ਹੈ ਇਹਨੂੰ ਤੁਸੀਂ ਸਿਰੇ, ਜਦੋਂ ਦੀ ਸਰਕਾਰ ਕਰਾਈ ਆਈ ਹੈ, ਸਾਲ ਡੇਢ ਸਾਲ ਹੋ ਗਿਆ, ਇਹਦੇ 'ਚ ਜਿਹੜੀਆਂ ਕਮੀਆਂ ਸਨ, ਜੋ ਪੈਸਾ ਲੱਗਣ ਵਾਲਾ ਸੀ ਉਹ ਸਰਕਾਰ ਨੇ ਰਿਲੀਜ਼ ਕਰਕੇ ਇਹਨੂੰ ਸਿਰੇ ਚੜ੍ਹਾਉਣ ਦਾ ਜੋ ਉਪਰਾਲਾ ਕੀਤਾ ਹੈ, ਇਹਦੇ ਨਾਲ ਸਾਡੇ ਆਸੇ ਪਾਸੇ ਸ਼ਹਿਰ ਪਿੰਡ ਕਾਫੀ ਆਉਣ ਵਾਲੇ ਸਮੇਂ 'ਚ ਸਹੂਲਤਾਂ ਸਾਨੂੰ ਮਿਲਣਗੀਆਂ ਅਤੇ ਹੋਈਆਂ, ਇਹਨੂੰ ਸਹੂਲਤ ਮਿਲੀ ਹੈ। ਸੋ ਮੈਂ ਅਕਾਲੀ ਦਲ ਦੀ ਇਸ ਕਰਕੇ ਕਹੀ ਕਿ ਕਈ ਬੰਦੇ ਪਿੰਡਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ, ਉਹ ਕਹਿਣਗੇ ਗ੍ਰਿਡ ਤਾਂ ਉਦੋਂ ਬਾਦਲ ਸਾਹਿਬ ਰੱਖਦੇ ਸੀ, ਹਰ ਚੀਜ਼ ਨੂੰ ਰੱਖ ਕੇ, ਹਾਲਾਂਕਿ ਬਾਦਲ ਸਾਹਿਬ ਦਾ ਨਿੱਜੀ ਹਲਕਾ ਹੈ ਗਿੱਦੜਬਾਜੀ, ਇੱਥੋਂ ਚੁਣਾਵ ਲੜਦੇ ਰਹੇ ਹੈ, ਇੱਥੇ ਕੋਈ ਕਾਲਜ ਨਹੀਂ, ਕੋਈ ਸਟੇਡੀਅਮ ਨਹੀਂ, ਪੁੱਲ ਇੱਥੇ ਰੋਜ਼ ਦੋ ਵਾਰੀ ਨੀਂਹ ਪੱਥਰ ਰੱਖਿਆ ਬਾਦਲ ਸਾਹਿਬ ਨੇ, ਗਿੱਦੜਬਾਜ ਤੋਂ ਲੰਬੀ ਜਿੱਥੋਂ ਦੀ ਆਪ ਆਉਂਦੇ ਚੱਲ ਕੇ ਤੇ ਇੱਥੋਂ ਜਹਾਜ਼ ਚੜ੍ਹਦੇ ਕੋਟ ਭਾਈ ਸਾਡੇ ਉੱਥੋਂ ਏਅਰਪੋਰਟ ਜਿਹੜਾ ਬਣਾਇਆ, ਲੇਕਿਨ ਉਹ ਪੁੱਲ ਨਹੀਂ ਬਣਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਉਹ ਪੁੱਲ ਮਨਜ਼ੂਰ ਕਰਤਾ, 40 ਕਰੋੜ ਰੁਪਇਆ ਲੱਗਣ ਲੱਗਿਆ, ਪਾਸ ਹੋ ਗਿਆ, 50 ਲੱਖ ਰੁਪਇਆ ਸੀ ਰਾਸ਼ੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਮ੍ਹਾਂ ਕਰਵਾਤੀ ਖਜ਼ਾਨਾ ਤੋਂ ਟੋਕਨ ਨੰਬਰ ਦੇ ਕੇ। ਤਾਂ ਮੈਨੂੰ ਲੱਗਦਾ ਕਿ 36-40 ਕਰੋੜ ਰੁਪਇਆ ਲਾ ਕੇ ਅਸੀਂ ਜਿਹੜਾ ਲੰਬੀ ਫਾਟਕ ਤੇ ਆਪਾਂ ਪੁੱਲ ਬਣਾਉਣ ਜਾ ਰਹੇ ਹਾਂ। ਗਿੱਦੜਬਾ ਇੱਕ ਕਾਲਜ ਮਿਲਿਆ ਜੀ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਹਿੱਸੇ ਨਹੀਂ ਆਇਆ ਕਾਲਜ ਬਣਾਉਣਾ ਇਸ ਗਿੱਦੜਬਾ ਇਸ ਧਰਤੀ ਤੋਂ ਆਪ ਚੋਣ ਲੜੇ ਹੋ। 18 ਕਰੋੜ ਦੀ ਲਾਗਤ ਨਾਲ ਇਸੇ ਹੁਸਨਰ ਪਿੰਡ 'ਚ ਇੱਕ ਕਾਲਜ ਬਣ ਰਿਹਾ ਜੀ, ਸੜਕ ਦੇ ਉੱਤੇ ਇਹਨਾਂ ਦੀ ਜ਼ਮੀਨ ਹੈ, 5 ਏਕੜ 'ਚ ਉਹਦਾ ਨੀਂਹ ਪੱਥਰ ਰੱਖਣਾ। ਤੁਹਾਨੂੰ ਬੇਨਤੀ ਕਰਾਂਗੇ ਕਿ ਰਜੀਆ ਸੁਲਤਾਨਾ ਜੀ ਕੋਲ ਸਮਾਂ ਹੈ ਨਹੀਂ, ਇੱਕ ਅੱਧਾ ਦਿਨ ਤੁਸੀਂ ਸਾਨੂੰ ਸਮਾਂ ਦੇ ਦਿਓ, ਅਸੀਂ ਉਹਦਾ ਨੀਂਹ ਪੱਥਰ ਉੱਥੇ 2-4 ਹਜ਼ਾਰ ਬੰਦਾ ਸੱਦ ਕੇ ਤੁਹਾਡੇ ਕੋਲ ਕਰ ਲਈਏ, ਨਾਲ ਕੋਈ 20-25 ਲੱਖ ਤੁਸੀਂ ਆਪਣੇ ਖਾਤੇ 'ਚੋਂ ਵੀ ਥੋੜ੍ਹਾ ਜਿਹਾ ਖੋਲੂ ਮਾਰ ਦਿਓ ਜੋ, ਵੈਸੇ ਤਾਂ ਤੁਸੀਂ ਦੇਣਾ ਨਹੀਂ ਸਾਰਾ ਰਾਮਪੁਰੇ ਨੂੰ ਵੇਖੀ ਜਾਂਦੇ ਹੋ। ਇਵੇਂ ਜਨਾਬ ਸਟੇਡੀਅਮ ਕੋਟ ਭਾਈ ਪਿੰਡ ਬਹੁਤ ਵੱਡਾ, 6 ਤਰੀਕ ਨੂੰ ਰਾਣਾ ਸੋਢੀ ਜੀ ਤੋਂ 2.5 ਕਰੋੜ ਰੁਪਏ ਦਾ ਨਵਾਂ ਸਟੇਡੀਅਮ ਮੈਂ ਲੈ ਕੇ ਆਇਆ ਜਿਹਨੂੰ ਪੂਰਾ ਕਰਨ ਲੱਗੇ ਹੈ, ਤੇ ਆਹ ਹੁਸਨਰ ਜਿਵੇਂ ਆਹ ਗ੍ਰਿਡ ਅਧੂਰਾ ਛੱਡ ਗਏ ਸੀ, ਇਵੇਂ ਹੁਸਨਰ ਦਾ ਜਿਹੜਾ ਸਟੇਡੀਅਮ ਹੁਣ ਵੇਖ ਕੇ ਜਾਏ ਉਹ, ਜਦੋਂ ਅਗਲੀ ਵਾਰੀ ਤੁਹਾਨੂੰ ਇੱਥੇ ਲੈ ਕੇ ਆਵਾਂਗੇ, ਇੱਥੇ ਮੁਕੰਮਲ ਸਟੇਡੀਅਮ ਬਣਿਆ ਹੋਏਗਾ ਪੂਰਾ। ਅਸੀਂ ਨਵੇਂ ਕੰਮ ਨਹੀਂ ਸ਼ੁਰੂ ਕਰ ਰਹੇ, ਅਸੀਂ ਪੁਰਾਣਿਆਂ ਨੂੰ ਹੀ ਵਧੀਆ ਤਰੀਕੇ ਨਾਲ ਉਹਨਾਂ ਦੀ ਪੂਰਤੀ ਤੇ ਪੂਰਾ ਕਰ ਲਿਆ। ਇਹ ਸਟੇਡੀਅਮ ਵੀ ਆਪਾਂ ਪਾਤਾ ਇਸ ਵਾਰੀ ਬਜਟ 'ਚ ਪੈ ਗਿਆ, ਤੁਹਾਡਾ ਵੀ ਇਹ ਵਧੀਆ ਸਟੇਡੀਅਮ ਆਉਣ ਵਾਲੇ ਸਮੇਂ 'ਚ ਬਣ ਜਾਏਗਾ। ਮੇਰੇ ਕਹਿਣ ਦਾ ਮਤਲਬ ਸਰਕਾਰ ਨੇ, ਔਰ ਮੈਂ ਵਿਧਾਨ ਸਭਾ 'ਚ ਵੀ ਕਿਹਾ, ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਮਿਲਦੇ ਵੀ ਘੱਟ ਹੈ, ਕਾਂਗੜ ਸਾਹਿਬ ਵੀ ਦੇਖਦੇ ਸੀ ਤੇ ਕੈਪਟਨ ਸਾਹਿਬ ਵੀ ਹੱਸੀ ਜਾਣ, ਮੈਂ ਕਿਹਾ ਕੈਪਟਨ ਸਾਹਿਬ ਗਿੱਦੜ ਭਾਈ ਵਾਲੇ ਪੁੱਛਦੇ ਵੀ ਕੈਪਟਨ ਸਾਹਿਬ ਕਦੋਂ ਆਉਣਗੇ, ਮੈਂ ਕਿਹਾ ਹੋ ਸਕਦਾ 2 ਸਾਲ ਹੋਰ ਨਾ ਆਉਣ, ਬਾਹਲੇ ਗੇੜੇ ਕੱਢਣ ਨਾਲ ਮੁੱਖ ਮੰਤਰੀ ਦੇ ਕੋਈ ਫਾਇਦਾ ਨਹੀਂ। ਇਸ ਹੁਸਨਰ ਪਿੰਡ 'ਚ ਬਾਦਲ ਸਾਹਿਬ ਜਿੰਨੇ ਵਾਰੀ ਇੱਥੋਂ ਦੀ ਲੰਘਣਾ ਆ ਕੇ ਗਏ ਸੰਗਤ ਦਰਸ਼ਨ ਕਰਕੇ, ਪਿੰਡ ਪਿੰਡ ਸੰਗਤ ਦਰਸ਼ਨ, ਇਹਨਾਂ ਦੇ ਪਿੰਡ ਕੋਈ ਨਮੂਨੇ ਦੀ ਚੀਜ਼ ਨਹੀਂ ਹੈ, ਕੱਖ ਨਹੀਂ ਹੈ। ਦੱਸ ਦਿਓ ਕੋਈ ਸ਼ਮਸ਼ਾਨ ਘਾਟ ਹੀ ਨਮੂਨੇ ਦਾ ਹੋਵੇ ਤੁਹਾਡੇ, ਕੋਈ ਛੱਪੜ ਹੀ ਨਮੂਨੇ ਦਾ ਹੋਵੇ, ਇਹਨਾਂ ਦਾ ਹਸਪਤਾਲ ਸਾਹਿਬ ਵੀ ਉਹ ਵੀ ਹੁਸਨਰ 'ਚ ਹੈ। ਚੇਅਰਮੈਨ ਸਾਹਿਬ ਇਸ ਹਸਪਤਾਲ 'ਚ ਕਬੂਤਰ ਬੋਲਦੇ ਸੀ, ਮੈਂ ਇਸ ਹਸਪਤਾਲ ਦੇ 1 ਕਰੋੜ ਰੁਪਇਆ ਕੈਪਟਨ ਅਮਰਿੰਦਰ ਸਿੰਘ ਤੋਂ ਲਵਾਇਆ ਹੈ। ਅੱਜ ਪੰਜਾਬ ਦਾ ਨੰਬਰ 1 ਹਸਪੀਟਲ ਦਾ ਅਵਾਰਡ ਮਿਲਿਆ ਮੈਨੂੰ ਕਾਇਆ ਕਲਪ ਦੇ ਤਹਿਤ, 15 ਲੱਖ ਰੁਪਏ ਦਾ ਮੈਨੂੰ ਇਨਾਮ ਮਿਲਿਆ, ਲੇਕਿਨ ਕਿਉਂ, ਇਹ ਗੱਲ ਸਹੀ ਹੈ ਕਿ ਝੂਠੀ ਹੈ? ਪੰਜਾਬ ਦਾ ਨੰਬਰ 1 ਸਬ ਡਿਵੀਜ਼ਨ 'ਚ ਅਗਰ ਕੋਈ ਹਸਪੀਟਲ ਹੈ, ਦੈਟ ਇਜ਼ ਇਨ ਗਿੱਦੜਬਾ ਹੁਣ ਟਰੋਮਾ ਸੈਂਟਰ। FM ਨੇ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ ਦੇ ਸਦਕਾ ਟਰੋਮਾ ਸੈਂਟਰ ਸਾਨੂੰ ਬਜਟ 'ਚ ਪਾਤਾ, ਹੁਣ ਇੱਥੇ ਟਰੋਮਾ ਸੈਂਟਰ ਬਣਨ ਲੱਗਿਆ ਜੀ, ਇਸ ਸਾਲ 'ਚ ਮੈਂ ਟਰੋਮਾ ਸੈਂਟਰ ਇਸੇ ਹਸਪਤਾਲ 'ਚ ਬਣਾ ਲਿਆ। ਸੋ ਬਾਤ ਮੁੱਖ ਮੰਤਰੀ ਤੇ ਮੰਤਰੀਆਂ ਦਾ ਕੰਮ ਹੈ, ਕਮਰੇ 'ਚ ਬਹਿ ਕੇ ਪਾਲਿਸੀ ਬਣਾਉਣ, ਪਲੈਨਿੰਗ ਕਰਨ,
ਤੇ ਸਾਡਾ ਸਿਸਟਮ ਵਧੀਆ ਬਣਾ ਕੇ ਦੇਣ। ਇਹ ਨਹੀਂ ਆ ਵੀ ਸੰਗਤ ਦਰਸ਼ਨ ਕੱਢ ਕੇ ਸਾਰੇ ਅਫਸਰਾਂ ਨੂੰ ਨਾਲ ਲਈ ਫਿਰਨ, ਗੇੜੇ ਕੱਢੀ ਜਾਣ, ਪੱਲੇ ਕਿਸੇ ਦੇ ਪਾਉਣ ਨਾ, 40 ਲੱਖ ਰੁਪਇਆ ਸਰਪੰਚ ਨੂੰ ਦੇ ਦੇ, ਉਹ ਕਹਿਣ ਵੀ ਤੂੰ ਖਾ ਲਈ ਵੀ ਲਾ ਦੀ। ਪੰਜਾਬ ਦਾ ਪੈਸਾ ਇੱਦਾਂ ਲੁੱਟਿਆ ਗਿਆ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਮੈਂ ਪੰਜਾਬ ਦੇ ਖਜ਼ਾਨੇ ਨੂੰ ਵੀ ਪਤਾ, ਮੈਨੂੰ, ਮੈਂ ਤਾਂ ਪਿੰਡਾਂ ਦੇ ਲੋਕਾਂ ਨੂੰ ਕਹਿ ਦਿੰਦਾ, ਮੈਂ ਕਿਹਾ ਬਿਜਲੀ ਮੁਫ਼ਤ ਦੇਤੀ ਤੁਹਾਨੂੰ, ਅਸੀਂ ਵੀ ਕਹਿੰਦੇ ਹਾਂ ਮੁਫ਼ਤ ਜਾਰੀ ਰੱਖਾਂਗੇ। ਜੇ ਕਿਸਾਨ ਦੇ ਇੱਕ ਮੋਟਰ ਹੁੰਦੀ ਕਾਂਗੜ ਸਾਹਿਬ, ਇੱਕ ਮੋਟਰ ਲਾਉਣ ਤੇ ਅੱਜ 1.5 ਲੱਖ ਦਾ ਖਰਚਾ ਹੁੰਦਾ ਸਾਰਾ ਬੋਰਿੰਗ ਬਾਰੀ ਕਰਕੇ, ਤੇ 2 ਲਾ ਲਓ ਸਰ, 2 ਕਿੰਨਾ ਹੁੰਦਾ ਸਰਪੰਚ ਸਾਹਿਬ, 2 ਕੁ ਲੱਖ, 2 ਲੱਖ ਦਾ ਆੜਤੀ ਦਾ ਵਿਆਜ, 1.5 ਰੁਪਏ ਦਾ ਕਿੰਨਾ ਪੈ ਗਿਆ 2 ਸਾਲ ਦਾ, 36,000, 1.5 ਰੁਪਏ ਦਾ 36,000 ਹੋ ਗਿਆ। ਜੇ ਕਿਸਾਨ ਦੇ ਮੋਟਰ ਇੱਕ ਹੁੰਦੀ ਨਾ ਹੁੰਦੀ, ਕਿਸਾਨ ਦੇ ਮੋਟਰ ਇੱਕ ਹੁੰਦੀ